ਦੇਖੋ ਪਤਾ ਗੱਲ ਕੀ ਆ, ਗੱਲ ਕਰਨੀ ਬਹੁਤ ਸੌਖੀ ਹੁੰਦੀ ਹੈ। ਅਸੀਂ ਇੰਨੇ ਸਾਲਾਂ ਤੋਂ ਅਸੀਂ ਜ਼ਿਮੀਦਾਰਾਂ ਨੂੰ ਇਸੇ ਬਿਨੇ ਤੱਕੀ ਗਏ ਕਿ ਕਣਕ ਕਰ ਲਓ, ਝੋਨਾ ਕਰ ਲਓ। ਉਹ ਝੋਨੇ ਵਰਗੀ, ਸਾਡੇ ਵਰਗੀ, ਮੈਂ ਕਹਿੰਦਾ ਪੰਜਾਬੀਆਂ ਵਰਗੀ ਬੇਵਕੂਫ ਕੌਮ ਕੋਈ ਨਹੀਂ ਗੀ। ਜਦੋਂ ਮੈਂ ਨਿੱਕਾ ਹੁੰਦਾ ਸੀ, ਅਸੀਂ ਨਹਿਰ ਦਾ ਪਾਣੀ ਖੇਤਾਂ 'ਚ ਲਾਉਂਦੇ ਸੀ, ਹੁਣ ਸਾਡੇ ਨਹਿਰ ਆਉਂਦੀ ਨਹੀਂ ਗੀ। ਲੋਕਾਂ ਨੇ, ਜ਼ਿਮੀਦਾਰਾਂ ਨੇ ਪਾਣੀ ਲਾਉਣਾ ਬੰਦ ਕਰਤਾ। ਔਰ ਮੈਂ ਜ਼ਿਮੀਦਾਰਾਂ ਨੂੰ ਵੀ ਕਹਿੰਦਾ ਕਿ ਤੁਸੀਂ ਅੱਜ ਕੱਲ੍ਹ ਆਰਾਮ ਪ੍ਰਸਤ ਹੋ ਗਏ ਹੋ, ਕਿਉਂਕਿ ਪਾਣੀ ਮੰਗਦੇ ਨਹੀਂ ਗਏ ਔਰ ਜਿਹੜੇ ਡਿਪਾਰਟਮੈਂਟ ਦੇ ਬੰਦੇ ਉਹ ਨਹਿਰਾਂ 'ਚ ਪਾਣੀ ਘੱਲਦੇ ਨਹੀਂ ਗਏ। ਅੱਗੇ ਲੋਕ ਲੜਦੇ ਸੀ ਪਾਣੀ ਵਾਸਤੇ, ਹੁਣ ਲੋਕਾਂ ਨੂੰ ਕਿਉਂਕਿ ਜ਼ਮੀਨ 'ਚੋਂ ਪਾਣੀ ਮੁਫਤ ਮਿਲ ਜਾਂਦਾ, ਬੱਤੀ ਮੁਫਤ ਹੈ, ਸਟਾਰਟਰ ਨੱਪਣ ਦੀ ਲੋੜ ਨਹੀਂ ਪੈਂਦੀ। ਸਟਾਰਟਰ ਹਮੇਸ਼ਾ ਪ੍ਰੈਸਡ ਹੀ ਹੁੰਦਾ ਇਹਨਾਂ ਦਾ, ਆਟੋ ਸਟਾਰਟ 'ਤੇ ਹੁੰਦਾ, ਜਦੋਂ ਲਾਈਟ ਆ ਗਈ ਮੋਟਰ ਚੱਲ ਪੈਂਦੀ, ਲਾਈਟ ਗਈ ਤਾਂ ਮੋਟਰ ਬੰਦ ਹੋ ਜਾਂਦੀ ਆ। ਜਦੋਂ ਨਹਿਰ ਦਾ ਪਾਣੀ ਲਾਉਣਾ ਪੈਂਦਾ ਤਾਂ ਸਾਨੂੰ ਨੱਕੇ ਲਾਉਣੇ ਪੈਂਦੇ ਆ, ਮੋਗੇ ਵੱਡੇ ਵੱਡੇ ਹੁੰਦੇ ਆ, ਨੱਕੇ ਲਾਉਣ ਨੂੰ ਦੋ ਬੰਦੇ ਚਾਹੀਦੇ ਹੁੰਦੇ ਕਈ ਵਾਰੀ। ਸੋ ਸਮੱਸਿਆ ਇਹ ਹੈ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਆਪਣਾ, ਪਹਿਲੀ ਗੱਲ ਤਾਂ ਇਹ। ਜੇ ਅਸੀਂ ਪਾਣੀ ਰਾਈਸ ਪ੍ਰੋਡਿਊਸ ਕਰਦੇ ਹਾਂ, ਜੋ ਬਹੁਤ ਸਾਰਾ ਪਾਣੀ ਵਰਦੀ ਹੈ, ਉਹ ਸਾਡਾ ਜਿਹੜਾ ਪ੍ਰਾਂਤ ਹੈ ਉਹ ਰੇਗਿਸਤਾਨ ਬਣੀ ਜਾਣ ਡਿਆ। ਇਹ ਇਸ ਇੱਕ ਇਹ ਗੱਲ ਹੋ ਗਈ। ਦੂਜੀ ਗੱਲ ਹੈ, ਦੇਖੋ ਪੰਜਾਬ ਸਰਕਾਰ ਨੇ ਹਰੇਕ ਕੁਛ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਗੰਨੇ ਦਾ ਹੈਗਾ ਤਾਂ ਗੰਨੇ ਦੇ ਜਿੰਨੇ ਸਰਕਾਰ ਦੇ ਆਊਟਸਟੈਂਡਿੰਗ ਡਿਊ ਸੀਗੇ, ਜਿਹੜੇ ਹਮੇਸ਼ਾ ਹੀ 100-150 ਕਰੋੜ ਪੈਂਡਿੰਗ ਰਹਿੰਦੇ ਸੀ, ਅਸੀਂ ਸਾਰੇ ਪੂਰੇ ਕਰਤੇ, ਚੁਕਾ ਤੇ ਇਹਨਾਂ ਦੇ। ਔਰ ਜਿਹੜਾ ਗੰਨੇ ਦਾ ਰੇਟ ਹੈ ਉਹ ਪੂਰੇ ਹਿੰਦੁਸਤਾਨ 380 ਰੁਪਏ ਜੋ ਸਭ ਤੋਂ ਇਸ ਵੇਲੇ ਵੱਧ ਹੈ, ਕੱਲ੍ਹ ਵੱਧੇ ਤਾਂ ਅੱਡ ਕਰ, ਲੇਕਿਨ ਇਸ ਵੇਲੇ ਸਭ ਤੋਂ ਵੱਧ ਹੈ ਪੰਜਾਬ 'ਚ ਰੇਟ। ਇਸ ਤਰ੍ਹਾਂ ਜਿਹੜੀ ਗੁਲਾਬੀ ਸੁੰਡੀ, ਚਿੱਟੀ ਸੁੰਡੀ ਸੀ, ਉਹਦਾ ਜਿਹੜਾ ਸੀਗਾ ਉਹ ਵੀ ਅਸੀਂ ਚੁਕਾ ਚੁੱਕੇ ਹਾਂ। ਹਾਲਾਂਕਿ ਸੀਗਾ ਅਕਾਲੀ ਦਲ ਤੋਂ ਤੁਰਿਆ ਆਉਂਦਾ, ਅਕਾਲੀ ਸਰਕਾਰ ਤੋਂ ਤੁਰਿਆ ਆਉਂਦਾ ਸੀ, ਪੁਰਾਣੇ ਤੁਰਿਆ ਆਉਂਦਿਆ ਸੀਗਾ, ਉਹ ਵੀ ਦਿੱਤਾ। ਫਿਰ ਜਿਹੜੀ ਮੂੰਗ ਸੀਗੀ, ਮੂੰਗ ਦੇ ਅਸੀਂ ਜਿਹੜੀ MSP ਕਹੀ ਸੀ ਅਸੀਂ ਦਾਂਗੇ, ਅਸੀਂ ਬਕਾਇਆ ਪੈਸੇ ਦਿੱਤੇ ਨੇ। ਡਾਇਰੈਕਟ ਸਵਿੰਗ ਜਿਹੜੀ ਸੀਗੀ, ਡਾਇਰੈਕਟ ਸਵਿੰਗ ਅਸੀਂ ਕੀਤੀ ਹੈ। ਅਸੀਂ ਜਿਹੜਾ ਕੁਛ ਕੀਤਾ ਕਰੀ ਜਾ ਰਹੇ ਹਾਂ, ਪਰ ਤੁਹਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਬਜਟ ਹੈ ਸਰਕਾਰ ਕੋਲ, ਜਿਹੜੇ ਪੈਸਾ ਸਰਕਾਰ ਕੋਲ ਹੈਗਾ, ਅਸੀਂ ਸਾਰਾ ਕੁਝ ਦੇਖਣਾ, ਅਸੀਂ ਸ਼ਹਿਰਾਂ ਵੱਲ ਵੀ ਦੇਖਣਾ, ਪਾਣੀ ਵੀ ਦੇਣਾ ਲੋਕਾਂ ਨੂੰ, ਲੋਕਾਂ ਨੂੰ ਸੀਵਰ ਵੀ ਦੇਣਾ ਹੈ, ਲੋਕਾਂ ਨੂੰ ਸਕੂਲ ਦੇਣੇ ਹੈ, ਐਜੂਕੇਸ਼ਨ ਦੇਣੀ ਹੈ। ਉਹ ਪੈਸੇ ਤਾਂ ਉਨੇ ਕੀ ਖਰਚਣ ਵਾਸਤੇ ਹੈਗੇ ਨਾ, ਸਭ ਕੁਛ ਅਸੀਂ ਇੱਕ ਕਿਤੇ ਨੂੰ ਥੋੜ੍ਹੀ ਦੇ ਸਕਦੇ ਹਾਂ। ਸੋ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਵੀ ਥੋੜ੍ਹਾ ਜਿਹਾ ਇਸ ਗੱਲ 'ਤੇ ਜ਼ਿਕਰ ਕਰਿਆ ਕਰੋ, ਉਹਨਾਂ ਜਾਂਦੇ ਉਹਨਾਂ ਨੂੰ ਵੀ ਜ਼ਿਕਰ ਕਰਿਆ ਕਰੋ ਕਿ ਆਪਾਂ ਥੋੜ੍ਹਾ ਜਿਹਾ ਪੰਜਾਬ ਦਾ ਲਿਹਾਜ਼ ਕਰੀਏ। ਜਿੱਦਣ ਅਸੀਂ ਗਲਤ ਹੋ ਜਾਵਾਂਗੇ ਨਾ, ਜਿੱਦਣ ਆਮ ਆਦਮੀ ਪਾਰਟੀ ਦੇ ਅਸੀਂ ਮਿਨਿਸਟਰ ਗਲਤ ਹੋ ਜਾਵਾਂਗੇ, MLA ਗਲਤ ਹੋ ਜਾਵਾਂਗੇ, ਉਦੋਂ ਤੁਸੀਂ ਕਿਹੋ ਕਿ ਤੁਸੀਂ ਤਾਂ ਬੜੇ ਗਲਤ ਹੋ, ਉਹਨਾਂ ਨੂੰ ਲੈਕਚਰ ਦੇਣ ਡੇ ਹੋ। ਲੈਕਚਰ ਤਾਂ ਦੇਣ ਡੇ ਬੈਠੇ ਕਿਉਂਕਿ ਅਸੀਂ ਆਪਣੇ ਆਪ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।